वेलकम टू खन्ना न्यूज़ लाइव। रखड़ी का त्यौहार भैन भरावां दे प्रतीक का त्यौहार है, पर जदों अलग अलग धर्मां दे दो भैन भरा रखड़ी का त्यौहार मनाउंदे हन तां ओह इलाके लई मिसाल अते सांझी वार्ता दा सुनेहा दिंदा है। लंबे समय तो खन्ना इलाके दे प्रसिद्ध डॉक्टर अमरवीर सिंह सिख भरा दे एक मुस्लिम भैन उग्गी समाज सेविका बीबी फातिमा गुट ते रखड़ी बन्नदी नजर आ रही है। डॉक्टर अमरवीर दा कहना है कि असीं किसे जात पात तों उपर उठ के अपने भैन भरा दे रिश्ते नूं बड़े लंबे समय तों निभा रहे हां। सानू लगदा है कि यह रिश्ता साडा परमात्मा वल्लों ही जुड़ के आया है। इस मौके पुनीत इंग्लिश .com दे मालकण प्रोफेसर पुनीत सोडी ने कहा कि असीं यह रिश्ता सकियां नालों भी ज्यादा निभा रहे हां। इस मौके रोजी खानम, अरमान गिल आदि हाजिर सन। ਜਿਵੇਂ ਡਾਕਟਰ ਸਾਹਿਬ ਤੇ ਬੀਬੀ ਦਾ ਜਿਹੜਾ ਭੈਣ ਭਰਾ ਦਾ ਰਿਸ਼ਤਾ ਕਾਫੀ ਸਾਲਾਂ ਤੋਂ ਚੱਲੇ ਆਉਂਦਾ, ਪਰ ਦੋਨਾਂ ਦੀ ਕਾਸਟ ਇੱਕ ਨਹੀਂ, ਪਰ ਫੇਰ ਵੀ ਇਹ ਸਕੇ ਭੈਣ ਭਰਾਵਾਂ ਨਾਲੋਂ ਜ਼ਿਆਦਾ ਨੇ। ਤੁਸੀਂ ਡਾਕਟਰ ਸਾਹਿਬ ਦੀ ਮਿਸਿਜ ਤੇ ਬੀਬੀ ਦੇ ਭਰਜਾਈ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਇਸ ਰਿਸ਼ਤੇ ਤੇ? ਮੈਂ ਇਹੀ ਕਹਿਣਾ ਚਾਹੁੰਦੀ ਹਾਂ ਵੀ ਇਹ ਰਿਸ਼ਤਾ ਬੇਮਿਸਾਲ ਹੈ ਤੇ ਇਹੋ ਜਿਹਾ ਰਿਸ਼ਤਾ ਕਿਸਮਤ ਦੇ ਨਾਲ ਹੀ ਮਿਲਦਾ। ਇਹ ਰੂਹਾਂ ਦਾ ਰਿਸ਼ਤਾ ਹੈ ਤੇ ਰਿਸ਼ਤਾ ਇੱਦਾਂ ਹੀ ਬਣਿਆ ਰਹੇ। ਇਹ ਪਿਆਰ ਇੱਦਾਂ ਹੀ, ਬੀਬੀ ਦਾ ਪਿਆਰ ਡਾਕਟਰ ਸਾਹਿਬ ਨੂੰ, ਮੈਨੂੰ, ਸਾਡੇ ਸਾਰੇ ਪਰਿਵਾਰ ਨੂੰ ਇਸ ਤਰ੍ਹਾਂ ਹੀ ਮਿਲਦਾ ਰਹੇ। ਅਤੇ ਮੈਂ ਇਹੀ ਕਹੂੰਗੀ ਕਿ ਇਹਦੇ ਵਿੱਚ ਕੋਈ ਧਰਮ ਨਹੀਂ, ਕੋਈ ਇਹਦੇ ਵਿੱਚ ਲਾਲਚ ਨਹੀਂ, ਕੋਈ ਵੰਡ ਨਹੀਂ, ਕੋਈ ਜ਼ਮੀਨ ਨਹੀਂ, ਕੋਈ ਕੁਛ ਨਹੀਂ। ਪਰ ਇਹ ਤਾਂ ਧੁਰੋਂ ਆਇਆ ਹੋਇਆ ਰਿਸ਼ਤਾ ਹੈ ਜਿਹੜਾ ਕਿ ਇੱਦਾਂ ਹੀ ਚੱਲਦਾ ਰਹਿਣਾ। ਅਤੇ ਇਸ ਤਰ੍ਹਾਂ ਹੀ ਇਹ ਪਰਮਾਤਮਾ ਦੇ ਵੱਲੋਂ ਜਿਹੜਾ ਸ਼ੁਰੂ ਹੋਇਆ, ਅਤੇ ਪਰਮਾਤਮਾ ਨੇ ਬਣਾਇਆ। ਔਰ ਮੈਨੂੰ ਨਹੀਂ ਯਾਦ ਇਹ ਕਦੋਂ ਦਾ ਰਿਸ਼ਤਾ ਚੱਲਦਾ ਆ ਰਿਹਾ, ਪਰ ਇਹ ਦੁਆਵਾਂ, ਇਹ ਆਸ਼ੀਰਵਾਦ ਸਾਡੇ ਤੇ ਇਸੇ ਤਰ੍ਹਾਂ ਵਰਸਦੇ ਆ ਤੇ ਵਰਸਦੇ ਰਹਿਣਗੇ, ਇਹ ਮੇਰਾ ਵਿਸ਼ਵਾਸ ਹੈ। ਜਿਵੇਂ ਆਮ ਕਰਕੇ ਭੈਣਾਂ ਦੇ ਭਰਾ ਜਿਵੇਂ ਹਰ ਰਿਸ਼ਤੇ 'ਚ ਹਰ ਦੁੱਖ ਸੁੱਖ 'ਚ ਜਾਂਦੇ ਆ, ਕੀ ਇੱਦਾਂ ਡਾਕਟਰ ਸਾਹਿਬ ਵਰਤਦੇ ਆ ਬੀਬੀ ਨਾਲ? ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਇਹ ਕੋਈ ਵਿਆਹ, ਸ਼ਾਦੀ, ਕੋਈ ਫੰਕਸ਼ਨ ਹੋਵੇ ਤਾਂ ਸਭ ਤੋਂ ਜ਼ਿਆਦਾ ਮਤਲਬ ਇਹੀ ਹੁੰਦਾ ਕਿ ਹਾਂ ਅਸੀਂ ਇੱਕ ਦੂਜੇ ਦੇ ਜ਼ਰੂਰ ਪਹੁੰਚਣਾ, ਸਕੇ ਭੈਣ ਭਰਾਵਾਂ ਦੇ ਨਾਲੋਂ ਵੱਧ ਅਸੀਂ ਇੱਕ ਦੂਜੇ ਦੇ ਨਾਲ ਖੜ੍ਹੇ ਹਾਂ। ਅਤੇ ਬੱਚਿਆਂ ਦਾ ਵੀ ਅੱਗਿਓਂ ਇੱਦਾਂ ਹੀ ਪਿਆਰ ਹੈ। ਡਾਕਟਰ ਸਾਹਿਬ ਦੀ ਰਿਸ਼ਤੇ ਦੀ ਜਿਹੜੀ ਬੀਬੀ ਦੇ ਰਿਸ਼ਤੇ ਦੀ ਆ, ਕਾਫੀ ਮਿਸਾਲ ਹੈ ਇਸ ਏਰੀਏ ਦੇ ਵਿੱਚ ਦਿੱਤੀ ਜਾਂਦੀ, ਕੀ ਕਹੋਗੇ ਤੁਸੀਂ ਉਹਦੇ ਬਾਰੇ? ਇਹ ਮਿਸਾਲ ਜਿਹੜੀ ਹੈਗੀ ਹੈ ਜੀ, ਬੜੀ ਪਵਿੱਤਰ ਮਿਸਾਲ ਹੈ। ਅਤੇ ਇਹ ਪਵਿੱਤਰਤਾ ਇਸ ਤਰ੍ਹਾਂ ਹੀ ਬਣੀ ਰਹੇ। ਅਤੇ ਬੀਬੀ ਦਾ ਹੱਥ, ਪਰਮਾਤਮਾ ਦਾ ਹੱਥ ਸਾਡੇ ਇਸ ਪਿਆਰੇ ਜਿਹੇ ਰਿਸ਼ਤੇ 'ਤੇ ਇੱਦਾਂ ਹੀ ਕਾਇਮ ਰਹੇ। ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਧੀਮਾਨ ਦੀ ਖਾਸ ਰਿਪੋਰਟ।